ਆਸਟ੍ਰੇਲੀਆ ਸਟੂਡੈਂਟ ਵੀਜ਼ਾ ਦੀ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਕਿ ਸਟੂਡੈਂਟ ਪਲੱਸ ਟੂ ਤੋਂ ਬਾਅਦ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਆਸਟ੍ਰੇਲੀਆ ਜਾਣਾ ਚਾਹੁੰਦਾ ਹੈ, ਕਿਹੜੇ ਕਿਹੜੇ ਸਹੀ ਆਪਸ਼ਨਸ ਨੇ। ਆਸਟ੍ਰੇਲੀਆ ਸਕੂਲਿੰਗ ਵੀਜ਼ਾ ਨੂੰ ਲੈ ਕੇ ਵੀ ਅਸੀਂ ਇੱਕ ਵੀਡੀਓ ਬਣਾਈ ਸੀ, ਉਸ ਤੋਂ ਬਾਅਦ ਕਈ ਤਰ੍ਹਾਂ ਦੇ ਹੋਰ ਸਵਾਲ ਵੀ ਸਾਡੇ ਤੱਕ ਪਹੁੰਚੇ ਨੇ ਕਿ ਥੋੜ੍ਹਾ ਹੋਰ ਸਾਨੂੰ ਐਕਸਪਲੇਨ ਕੀਤਾ ਜਾਵੇ ਕੌਣ ਕਿਵੇਂ ਅਪਲਾਈ ਕਰ ਸਕਦਾ ਬੱਚਾ ਪਰਸੈਂਟੇਜ ਨੂੰ ਲੈ ਕੇ। ਹਾਲਾਂਕਿ ਕਾਫੀ ਵਾਰ ਅਸੀਂ ਚੀਜ਼ਾਂ ਕਲੀਅਰ ਕਰਦੇ ਹਾਂ, ਪਰ ਇੱਕ ਵਾਰ ਫਿਰ ਤੋਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਬਾਰੇ ਗੱਲ ਕਰਨ ਜਾ ਰਹੇ ਹਾਂ, ਲੱਗੇ ਵੀਜ਼ੇ ਬਾਰੇ ਵੀ ਗੱਲ ਕਰਾਂਗੇ, ਪ੍ਰੋਫਾਈਲ ਵੀ ਤੁਹਾਡੇ ਨਾਲ ਡਿਸਕਸ ਕਰਾਂਗੇ। ਇਸ ਲਈ ਜ਼ਰੂਰ ਇਹ ਪੂਰੀ ਵੀਡੀਓ ਤੁਸੀਂ ਧਿਆਨ ਨਾਲ ਵੇਖਣਾ ਅਤੇ ਸੁਣਨਾ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ ਅਤੇ ਅੱਜ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਨਮਸਕਾਰ ਸਾਰਿਆਂ ਨੂੰ। ਸੋ ਮੈਮ, ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੀ ਜਦ ਗੱਲ ਆਉਂਦੀ ਹੈ ਤਾਂ ਸਾਰੇ ਕਈ ਵਾਰੀ ਸੁਣ ਕੇ ਹੈਰਾਨ ਜੇ ਰਹਿ ਜਾਂਦੇ ਨੇ ਕਿ ਆਸਟ੍ਰੇਲੀਆ ਦਾ ਤਾਂ ਸਟੂਡੈਂਟ ਵੀਜ਼ਾ ਯਾਨੀ ਕਿ ਪਲੱਸ ਟੂ ਤੋਂ ਬਾਅਦ ਅਪਲਾਈ ਕਰ ਰਿਹਾ, ਅਗਰ ਕੋਈ ਗ੍ਰੈਜੂਏਸ਼ਨ ਤੋਂ ਬਾਅਦ ਅਪਲਾਈ ਕਰ ਰਿਹਾ ਉਹ ਵੀ ਬੜਾ ਮੁਸ਼ਕਿਲ ਲੱਗਦਾ, ਅਤੇ ਇੱਥੇ ਆਪਾਂ ਗੱਲ ਕਰ ਰਹੇ ਹਾਂ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੀ। ਕਿੰਨਾ ਕੁ ਮੁਸ਼ਕਿਲ ਪ੍ਰੋਸੈਸ, ਕਿੰਨਾ ਕੁ ਸੌਖਾ ਪ੍ਰੋਸੈਸ, ਔਰ ਏਜ ਲਿਮਿਟ ਨੂੰ ਲੈ ਕੇ ਵੀ ਸਵਾਲ ਬਹੁਤ ਸਾਰੇ ਸਾਡੇ ਕੋਲ ਆਏ ਨੇ ਕਿ ਕਿੰਨੀ ਏਜ ਵਾਲਾ ਬੱਚਾ ਅਪਲਾਈ ਕਰ ਸਕਦਾ। ਸਟੂਡੈਂਟ ਵੀਜ਼ਾ ਆਸਟ੍ਰੇਲੀਆ ਦਾ ਬਹੁਤ ਇੰਟਰਸਟਿੰਗ ਟੋਪਿਕ ਹੈ। ਅਸੀਂ ਵਿਕਟੋਰੀਅਨ ਗੌਰਮੈਂਟ ਤੋਂ ਆਸਟ੍ਰੇਲੀਆ ਦੀ ਅਥੋਰਾਈਜ਼ ਹਾਂ। ਵਿਕਟੋਰੀਅਨ ਗੌਰਮੈਂਟ ਕੋਲ ਜਦ ਵੀ ਕੋਈ ਇਨਕੁਆਇਰੀ ਡਾਇਰੈਕਟ ਵੀ ਜਾਂਦੀ ਹੈ ਸਕੂਲਿੰਗ ਵੀਜ਼ਾ ਵਾਸਤੇ, ਉਹ ਸਾਡਾ ਨਾਮ ਲੈ ਲੈਂਦੇ ਆ। ਅਤੇ ਸਾਨੂੰ ਇਸ ਚੀਜ਼ 'ਤੇ ਬੜਾ ਫਖਰ ਹੈ ਕਿ ਅਸੀਂ ਕੰਮ ਇੰਨੇ ਸਾਲਾਂ ਤੋਂ, ਜਿਹੜਾ 26 ਸਾਲਾਂ ਤੋਂ ਕੰਮ ਕੀਤਾ, ਅਤੇ ਸਾਡੀ ਉਹਦੀ ਰਿਕੋਗਨੀਸ਼ਨ ਹੋਈ ਹੈ, ਪਹਿਚਾਣ ਹੋਈ ਹੈ, ਔਰ ਬਹੁਤ ਸਾਲਾਂ ਤੋਂ ਅਸੀਂ ਸਕੂਲਿੰਗ ਵੀਜ਼ਾ ਬੱਚਿਆਂ ਦਾ ਕਰ ਰਹੇ ਹਾਂ। ਅੱਜ ਵੀ ਸਾਡਾ ਸਕੂਲਿੰਗ ਵੀਜ਼ਾ ਆਇਆ, ਉਹ ਬੱਚਾ 10th ਵਿੱਚ ਹੈ, ਰਾਈਟ। ਸਕੂਲਿੰਗ ਵੀਜ਼ਾ ਵਾਸਤੇ ਕੀ ਰਿਕੁਆਇਰਮੈਂਟ ਹੈ, ਰਾਈਟ? ਬੱਚਾ ਇੰਗਲਿਸ਼ ਮੀਡੀਅਮ ਸਕੂਲ ਤੋਂ ਪੜ੍ਹ ਰਿਹਾ ਹੋਏ, ਕਿਉਂਕਿ ਉਹਨੂੰ ਜਿਹੜਾ MOI ਮੀਡੀਅਮ ਆਫ ਇੰਸਟਰਕਸ਼ਨ ਦੇਣਾ ਜ਼ਰੂਰੀ ਹੈ ਕਿ ਕਿਉਂਕਿ ਉਹ ਜਾ ਆਸਟ੍ਰੇਲੀਆ ਰਿਹਾ, ਇੰਗਲਿਸ਼ 'ਚ ਹੀ ਪੜ੍ਹਨਾ। ਇੱਥੇ ਵੀ ਬੱਚੇ ਅੱਜ ਕੱਲ੍ਹ ਸਾਰੇ ਹੀ ਇੰਗਲਿਸ਼ ਮੀਡੀਅਮ ਸਕੂਲ ਦੇ ਆ, ਅਤੇ ਉਹ ਇੱਕ ਲੈਟਰ ਜਾਂਦਾ, ਬਰਥ ਸਰਟੀਫਿਕੇਟ ਜਾਂਦਾ, ਲਾਸਟ 3 ਈਅਰਸ ਦੀ ਜਿਹੜੀ ਹੈ ਇਹਨਾਂ ਦੀ ਮਾਰਕਸ਼ੀਟ ਜਾਂਦੀਆਂ, ਜਿਨ੍ਹਾਂ ਦੇ ਬੇਸ 'ਤੇ ਇਹਨਾਂ ਨੂੰ ਨੈਕਸਟ ਕਲਾਸ 'ਚ ਐਡਮਿਸ਼ਨ ਮਿਲਦੀ ਹੈ ਸੈਸ਼ਨ ਦੇ ਹਿਸਾਬ ਦੇ ਨਾਲ। ਹੁਣ ਜਿਹੜਾ ਬੱਚਾ ਜਦ ਇਹ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਨਾ, ਹਰਜੋ ਤੁਸੀਂ ਹੈਰਾਨ ਹੋ ਗਏ, ਜਿਹੜੇ ਮੇਰੇ ਕੋਲ ਫੋਨ ਆਉਣਗੇ ਨਾ ਸਾਡੇ ਸਟਾਫ ਕੋਲ, ਮੇਰਾ ਬੱਚਾ ਨਰਸਰੀ 'ਚ ਪੜ੍ਹ ਰਿਹਾ, 2nd 'ਚ ਪੜ੍ਹ ਰਿਹਾ। ਮੈਂ ਕਹਿੰਦੀ ਤੁਸੀਂ ਪਹਿਲੇ ਹੀ ਚਲੇ ਜਾਂਦੇ, ਉੱਥੇ ਹੀ ਤੁਸੀਂ ਡਿਲੀਵਰੀ ਕਰ ਲੈਂਦੇ, ਉਹ ਬੈਟਰ ਸੀਗਾ ਇੰਨੇ ਛੋਟੇ ਬੱਚੇ ਦੇ ਨਾਲ, ਕਿਉਂਕਿ ਇਹਨਾਂ ਦੀ ਮਨਸ਼ਾ ਆਪ ਜਾਂਦੀ ਹੈ। ਇੰਨੇ ਛੋਟੇ ਬੱਚੇ ਨੂੰ ਅਸੀਂ ਐਂਟਰਟੇਨ ਨਹੀਂ ਕਰਦੇ, ਕਿਉਂਕਿ ਮੈਂ ਫਾਈਲ ਗਲਤ ਕਦੇ ਵੀ ਨਹੀਂ ਲਊਂਗੀ, ਨਾ ਤੁਹਾਡਾ ਪੈਸਾ ਵੇਸਟ ਕਰੂੰਗੀ ਜਦ ਤੱਕ ਮੈਨੂੰ ਨਹੀਂ ਦਿਖਾਈ ਦਿੰਦਾ, ਕਿਉਂਕਿ ਸਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ, ਵੀਜ਼ਾ ਇੱਦਾਂ ਹੀ ਨਹੀਂ ਆ ਜਾਂਦੇ। ਬੱਚਾ 5th ਵਿੱਚ ਪੜ੍ਹ ਰਿਹਾ ਹੋਏ, 5th ਆਨਵਰਡ ਮੈਂ ਬੱਚੇ ਨੂੰ ਪ੍ਰੈਫਰ ਕਰਦੀ ਹਾਂ, 5th ਤੋਂ ਲੈ ਕੇ 10th ਤੱਕ ਕੋਈ ਮਰਜ਼ੀ ਕਲਾਸ ਦਾ ਬੱਚਾ ਹੋਏ, ਈਵਨ ਪੇਰੈਂਟਸ ਨਾਲ ਜਾ ਸਕਦੇ ਆ। ਔਰ ਬਹੁਤ ਸਾਰੇ ਅਸੀਂ ਵੀਜ਼ੇ ਜਦ ਕਰਾਉਂਦੇ ਹਾਂ, ਪੇਰੈਂਟਸ ਨੂੰ ਨਾਲ ਅਸੀਂ ਵੀਜ਼ਾ ਫਾਈਲ ਕਰ ਦਿੰਦੇ ਹਾਂ। ਪੇਰੈਂਟਸ ਦੇ ਵਿੱਚ ਅਸੀਂ ਪ੍ਰੈਫਰ ਕਰਦੇ ਹਾਂ ਕਿ ਮਦਰ ਨਾਲ ਜਾ ਸਕਦੀ ਹੈ, ਕਿਉਂਕਿ ਫਾਦਰ ਅਰਨਿੰਗ ਮੈਂਬਰ ਹੈ, ਉਹ ਕਮਾਉਣ ਵਾਲਾ, ਜੇ ਉਹੀ ਚਲਿਆ ਗਿਆ ਵੀਜ਼ਾ ਦੇ ਵੀ ਸਕਦੇ, ਨਹੀਂ ਵੀ ਦੇ ਸਕਦੇ, ਕਿਉਂਕਿ ਬਹੁਤ ਬੜਾ ਕੰਸਰਨ ਹੋ ਜਾਂਦਾ ਕਿ ਇਹਨਾਂ ਨੇ ਸਪੋਂਸਰ ਕੀਤਾ, ਫਾਈਨੈਂਸ਼ੀਅਲ ਡਾਕੂਮੈਂਟ ਦਿਖਾਉਣੇ ਪੈਂਦੇ ਕਿ ਜੋ ਅਰਨਿੰਗ ਮੈਂਬਰ ਨਾਲ ਜਾ ਰਿਹਾ ਉਹ ਬੱਚੇ ਦੀ ਦੇਖਭਾਲ ਕਰੇਗਾ, ਅਤੇ ਫਿਰ ਉਹਦੇ ਵਾਸਤੇ ਫੀਸਾਂ ਕੌਣ ਭੇਜੇਗਾ। ਉਹਦੇ ਵਾਸਤੇ ਸਭ ਤੋਂ ਵੱਡੀ ਹੈ, ਜੋ ਪੇਰੈਂਟਸ ਉਹਨੂੰ ਜੁਆਇਨ ਕਰਨਾ ਚਾਹੁੰਦੇ ਆ ਮਦਰ ਨਾਲ, ਚਾਹੇ ਫਾਦਰ ਟੂਰਿਸਟ ਵੀਜ਼ਾ 'ਤੇ ਬੱਚੇ ਨੂੰ ਜਾ ਕੇ ਮਿਲ ਸਕਦਾ, ਆ ਸਕਦਾ, ਆਪਣਾ ਕੰਮ ਕਰ ਸਕਦਾ, ਕਮਾ ਸਕਦਾ, ਜਿੰਨੀ ਮਰਜ਼ੀ ਵਾਰੀ ਉਹ ਜਾਏ, ਉਹਨੂੰ ਕੋਈ ਰੋਕ ਨਹੀਂ ਹੈ, ਟੂਰਿਸਟ ਵੀਜ਼ਾ ਉਹਨਾਂ ਦਾ ਲੱਗ ਜਾਂਦਾ। ਜੀ ਜੀ ਬਿਲਕੁਲ। ਸੋ ਮੈਮ, ਕਿਹੜੀ ਕਲਾਸ ਤੱਕ ਸਟੂਡੈਂਟ ਸਕੂਲਿੰਗ ਵੀਜ਼ਾ ਲਈ ਅਪਲਾਈ ਕਰ ਸਕਦਾ? ਔਰ ਜ਼ਰੂਰ, ਹਾਲਾਂਕਿ ਆਪਾਂ ਪਿਛਲੀ ਵੀਡੀਓ ਵਿੱਚ ਵੀ ਗੱਲ ਕੀਤੀ ਸੀ, ਤਾਂ ਪ੍ਰੋਪਰ ਮੈਂ ਚਾਹੂੰਗੀ ਕਿ ਕਿਸ ਤਰ੍ਹਾਂ ਦੇ ਡਾਕੂਮੈਂਟਸ ਪੇਰੈਂਟਸ ਦੇ ਵੱਲੋਂ ਵੀ ਚਾਹੀਦੇ ਹੁੰਦੇ ਆ, ਔਰ ਕੌਣ ਕੌਣ ਨਾਲ ਜਾਣ ਲਈ ਅਪਲਾਈ ਕਰ ਸਕਦਾ? ਦੇਖੋ, 50% ਪਰਸੈਂਟੇਜ ਅਸੀਂ ਦੇਖਦੇ ਹਾਂ, ਘੱਟ 'ਚ ਵੀ ਹੋ ਜਾਂਦੀ ਹੈ, ਲੇਕਿਨ ਅਸੀਂ ਪ੍ਰੈਫਰ ਕਰਦੇ ਹਾਂ ਕਿ ਬੱਚੇ ਦੀ ਜਿਹੜੀ ਪਰਸੈਂਟੇਜ ਆ ਉਹ 50% ਐਟਲੀਸਟ ਹੋਏ, ਠੀਕ ਹੈ। ਹੋਰ ਕਿਉਂਕਿ ਕਿ ਗਵਰਮੈਂਟ ਸਕੂਲਸ ਹੈ ਸਾਡੇ ਕੋਲ, ਵਿਕਟੋਰੀਆ ਗੌਰਮੈਂਟ ਦੇ ਟੋਟਲ ਸਕੂਲ ਹੈ ਮੈਲਬਰਨ ਦੇ ਵਿੱਚ, ਕੋਈ ਮਰਜ਼ੀ ਸਬਬ ਹੋਏ ਅਸੀਂ ਸਾਰੇ ਸਕੂਲ ਪੂਰੇ ਵਿਕਟੋਰੀਆ ਦੇ ਸਕਦੇ ਹਾਂ। ਅਸੀਂ ਇਹਨਾਂ ਨੂੰ ਪੁੱਛਦੇ ਹਾਂ ਤੁਹਾਡੇ ਰਿਸ਼ਤੇਦਾਰ ਕਿੱਥੇ ਰਹਿ ਰਹੇ, ਜੇ ਰਿਸ਼ਤੇਦਾਰ ਸਪੋਂਸਰਸ਼ਿਪ ਭੇਜ ਰਿਹਾ ਫਿਰ ਪੇਰੈਂਟ ਜਾਣ ਨਾ ਜਾਣ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉੱਥੇ ਰਿਸ਼ਤੇਦਾਰ ਰਹਿ ਰਿਹਾ ਉਹ ਸਕੂਲ ਦੇ ਨੇੜੇ ਹੋਣਾ ਚਾਹੀਦਾ, ਕਿਉਂਕਿ ਛੋਟਾ ਬੱਚਾ। ਜਦ ਮਦਰ ਨਾਲ ਜਾ ਰਹੀ ਹੈ ਫਿਰ ਉਹ ਆਪਣੀ ਚੋਇਸ ਦੱਸ ਦਿੰਦੇ ਕਿਹੜੇ ਸਕੂਲ 'ਚ ਜਾਣਾ ਇਹਨਾਂ ਨੇ, ਮਤਲਬ ਸਿਟੀ ਦੇ ਨੇੜੇ ਜਾਣਾ ਜਾਂ ਕਿਸੇ ਸਬਬ 'ਚ ਜਾਣਾ, ਇਹਨਾਂ ਦੀ ਆਪਣੀ ਚੋਇਸ ਹੈ। ਮੈਂ ਤੁਹਾਨੂੰ ਦੱਸਿਆ 5th
टू टेंथ मैं कोई भी बच्चे नूं एंटरटेन करूँगी। इन्हां दे पेरेंट्स जिहड़े स्पॉन्सर कर रहे हैं उन्हां दे कोल फंडिंग होनी चाहिए है, फंडिंग थोड़ी अच्छी होनी चाहिए है क्योंकि स्कूलिंग वीज़ा है, और इन्हां दे इनकम टैक्स रिटर्न उस तो भी अच्छी होनी चाहिए है। जो इनकम टैक्स रिटर्न अच्छी है, नैचुरल कंटीन्यूअस इनकम है, हजे बच्चा समझो 6-7 च गया है तो हजे उत्थे उन्हें 10th तक प्लस 2 तक पढ़ना है 4-5 साल, तो एम्बेसी ने सैटिस्फाई होना है कि इनकम ठीक है, वह भेज सकते हैं पैसा। मान लो इन्हें $12,000 छोटी क्लास की फीस या 13,000 तो $17,000 तक आती है, ठीक है, तो वह फीसा तो उन्होंने भेजनी है, फिर लिविंग एक्सपेंसिज भी है, तो वह सारा इन्होंने अपना दिखाना है फाइनैशियल डाक्यूमेंट इन जड़े है, और इनकम टैक्स रिटर्न आस्ट्रेलिया दे विच ए दो चीज़ा ज़्यादा इंपॉर्टेंट होंदियां। जिहड़े मैं दस्से कि डाक्यूमेंट्स दे विच 3 ईयर लास्ट क्वालिफिकेशन, समझो बच्चा 7th विच है तो पिछले 3 साल दी मार्कशीटां लगनगे, बर्थ सर्टिफिकेट लगेगा, पेरेंट्स दे फाइनैशियल डाक्यूमेंट्स लगनगे, पेरेंट्स दी स्पॉन्सरशिप लगेगी, और जो मदर नाल जा रही है तो फादर दी स्पॉन्सरशिप लगेगी फिर। ठीक है बिल्कुल, तो आई होप सारी कलैरिटी जरूर हो गई होएगी तुहानू आस्ट्रेलिया स्कूलिंग वीज़ा नू लैके। मैम सक्सैस रेट की भी एंड विच गल कर लीए, किन्ना कु सक्सैस रेट देखा जाता है? सक्सैस रेट जब वैसे सैटिस्फाई है तो वीज़ा अर्की जिहड़ा एक साल दे विच मैं देखा जिन्हें वीज़ा लाए हैं मैक्सीमम सारे वीज़ा आए, कोई रिजेक्शन नहीं है, तो स्कूलिंग वीज़ा जिहड़ा है पेरेंट्स कर सकते हैं, रीजन बिंग सक्सैस रेट बहुत ही ज़्यादा अच्छा है इस टाइम। जी ठीक है बिल्कुल, सो स्टूडेंट्स नू लैके अगर पेरेंट्स चाहते हैं कि तुहाडा बच्चा स्कूलिंग वीज़ा ते भी जा सके आस्ट्रेलिया, तो तुसी तुहाडा कोई सवाल है तो इस नंबर ते कॉल करके नैविगेटर्स ओवरसीज़ की टीम दे नाल टाइमली जरूर जुड़ सकते हो, मैम तो सलाह लै सकते हो, इन्हां दे ऑफिस विजिट कर सकते हो, तो मैम तुहाडा बहुत बहुत थैंक्स एक बार फिर तो तुसी स्कूलिंग वीज़ा नू लैके डिटेल विच पूरी जानकारी जो है अज दर्शकों नाल सांझी कीती है, तो अगों भी असी होर इनफॉर्मेटिव वीडियोज़ लैके आते रहांगे। अज लई सानू दिओ जी इजाजत, थैंक यू सो मच। Thank you so much.